ਕਿ ਹਾਲ ਚਾਲ ਹੈ ਸੋ ਅੱਜ ਦੇ ਇਸ ਵੀਡੀਓ ਵਿੱਚ ਕਰਨ ਵਾਲੀ ਪੰਜਾਬ ਵੱਲੋਂ ਅਨਾਉਂਸ ਕੀਤੀਆਂ ਗਈਆਂ ਪੋਸਟਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਪੂਰੀ ਜਾਣਕਾਰੀ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਜਿਹੜੇ ਦੋਸਤ ਮਿੱਤਰ ਸਾਡੇ ਚੈਨਲ ਤੇ ਫਸਟ ਟਾਈਮ ਵਿਜ਼ਿਟ ਕਰ ਰਹੇ ਹਨ ਪਲੀਜ਼ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਲ ਨੋਟੀਫਿਕੇਸ਼ਨ ਲਾਈਕ ਹੈ ਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਫਿਊਚਰ ਵਿੱਚ ਆਉਣ ਵਾਲੀ ਹਰ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਹੁਸ਼ਿਆਰ ਪਰ ਵੱਲੋਂ ਸਮਾਜਿਕ ਸੁਰੱਖਿਆਤ ਅਤੇ ਇਸਤਰੀ ਤੇ બાળ ਵਿਕਾਸ ਵਿਭਾਗ ਅਧੀਨ ਭਰਤੀ ਸਵੰਧੀ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਅਧੀਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੰਦੀਗੜ੍ਹ ਰੋਡ ਰਾਮ ਕਲੋਨੀ ਕੈਂਪ ਹੁਸ਼ਿਆਰਪੁਰ ਵਿਖੇ ਜ਼ਿਲ੍ਹਾ ਵਾਲ ਸੁਰੱਖਿਆਤ ਯੂਨਿਟ ਅਬਜ਼ਰਵੇਸ਼ਨ ਹੋਮ ਅਤੇ ਚਿਲਡਰਨ ਹੋਮ ਦੇ ਜ਼ਾਫਤਾਂ ਲਈ ਬਿਲਕੁਲ आरजी ਅਤੇ ਠੇਕੇ ਤੇ ਆਧਾਰਿਤ ਹੀਠ ਲਿਖੀਆਂ ਸਾਮੀਆਂ ਲਈ ਬਿਨੈ ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ। ਬਾਲ ਸੁਰੱਖਿਆ ਅਫਸਰ ਨਾਨ ਇੰਸਟੀਚਿਊਟ ਦੀ 1 ਪੋਸਟ, ਪ੍ਰੋਬੇਸ਼ਨ ਅਫਸਰ ਪੋਰਸ਼ ਦੀਆਂ 2 ਪੋਸਟਾਂ ਅਤੇ ਕਾਉਂਸਲਰ ਪੋਰਸ਼ ਲਈ 2 ਪੋਸਟਾਂ ਅਨਾਉਂਸ ਕੀਤੀਆਂ ਗਈਆਂ ਹਨ। ਸੋ ਦੋਸਤੋ ਇਹਨਾਂ ਪੋਸਟਾਂ ਵਿੱਚ ਬਾਲ ਸੁਰੱਖਿਆ ਅਫਸਰ ਦੀਆਂ ਪੋਸਟਾਂ ਲਈ 21000 ਰੁਪਏ ਤਨਖਾਹ ਹੋਵੇਗੀ। ਪੇਸ਼ਨ ਅਫਸਰ ਲਈ 17500 ਰੁਪਏ ਅਤੇ ਕਾਉਂਸਲਰ ਦੀ ਪੋਸਟ ਲਈ 17500 ਰੁਪਏ ਸੈਲਰੀ ਮਿਲੇਗੀ ਚਾਹਵਨ ਯੋਗ ਉਮੀਦਵਾਰ ਯੋਗਤਾਵਾਂ ਤਜਰਬਾ ਅਤੇ ਹੋਰ ਸ਼ਰਤਾ ਸਬੰਧੀ ਜਾਣਕਾਰੀ ਅਤੇ ਨਿਧਾਰਤ ਬਿਨਾ ਪੱਤਰ ਪਰਫਾਰਮੇ hoshiar.nic.in ਤੋਂ ਪ੍ਰਾਪਤ ਕਰ ਸਕਦੇ ਹਨ ਚਾਹਵਨ ਉਮੀਦਵਾਰ ਆਪਣੀਆਂ ਅਰਜ਼ੀਆਂ ਨਿਧਾਰਤ ਪਰਫਾਰਮੇ ਵਿੱਚ ਮਿਤੀ 30 ਅਪ੍ਰੈਲ 2021 ਸ਼ਾਮ 5 ਵਜੇ ਤੱਕ ਔਕਤ ਦਫ਼ਤਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ ਜਾਂ ਰਜਿਸਟਰਡ ਸਪੀਡ ਪੋਸਟ ਰਾਹੀਂ ਵੀ ਭੇਜ ਸਕਦੇ ਹਨ ਦਰਸਾਈ ਗਈ ਮਿਤੀ ਅਤੇ ਸਮੇਂ ਤੋਂ ਬਾਅਦ ਪ੍ਰਾਪਤ ਹੋਈਆਂ ਅਰਜ਼ੀਆਂ ਤੇ ਵਿਚਾਰ ਨਹੀਂ ਕੀਤਾ ਜਾਵੇਗਾ ਨੋਟ ਭਾਰਤੀ ਸੰਬੰਧੀ ਕਿਸੇ ਵੀ ਸੂਦਾਂ ਨੂੰ ਪ੍ਰੋਕਤ ਵੈਬਸਾਈਟ ਤੇ ਪ੍ਰਕਾਸ਼ਿਤ ਕੀਤਾ ਜਾਵੇਗਾ ਸੋ ਦੋਸਤੋ ਹੁਸ਼ਿਆਰਪੁਰ ਜ਼ਿਲ੍ਹੇ ਵੱਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਕੁੱਲ 5 ਪੋਸਟਾਂ ਲਈ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਅਧੀਨ ਯੋਗ ਉਮੀਦਵਾਰ ਅਪਲਾਈ ਕਰ ਸਕਣਗੇ ਇਹਨਾਂ ਪੋਸਟਾਂ ਵਿੱਚ ਸੁਰੱਖਿਆ ਆਫਸਰ ਪ੍ਰੋਵੀਜ਼ਨਲ ਆਫਸਰ ਅਤੇ ਕਾਉਂਸਲਰ ਦੀਆਂ ਪੋਸਟਾਂ ਲਈ ਆਫਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਫਾਰਮ ਅਤੇ ਯੋਗਤਾ ਸੰਬੰਧੀ ਨੋਟੀਫਿਕੇਸ਼ਨ ਤੁਸੀਂ ਹੁਸ਼ਿਆਰਪੁਰ ਜ਼ਿਲ੍ਹੇ ਦੀ ਵੈਬਸਾਈਟ hoshiarpur.nic.in ਤੇ ਜਾ ਕੇ ਪ੍ਰਾਪਤ ਕਰ ਸਕਦੇ ਹੋ ਸੋ ਦੋਸਤੋ ਵੀਡੀਓ ਉਤੇ ਜਾਣਕਾਰੀ ਨੂੰ ਆਪਣੇ ਫਰੈਂਡ ਸਰਕਲ ਵਿੱਚ ਜ਼ਰੂਰ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਇੰਦਰ ਇੰਟਰਨੈਟ ਕੈਫੇ ਨੂੰ ਸਬਸਕ੍ਰਾਈਬ ਕਰਦੇ ਹੋ ਧੰਨਵਾਦ